ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀ ਪੰਜਾਬ ਹਰਿਆਣਾ ਹਿਮਾਚਲ ਪੰਜਾਬ ਐਟ 9 ਲੈ ਕੇ ਮੈਂ ਅਰਸ਼ਦੀਪ ਕੌਰ ਹਾਸਰਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਲੱਗੇ ਸਿਆਸੀ ਮੇਲ ਦੇ ਜਿੱਥੇ ਖੂਬ ਸਾਦੇ ਗਏ ਵਿਰੋਧੀਆਂ ਤੇ ਨਿਸ਼ਾਨੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਚ ਅੱਜ ਦਾ ਦਿਨ ਸਿਆਸੀ ਕਾਨਫਰੰਸਾਂ ਦੇ ਨਾਮ ਰਿਹਾ। ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਅੰਮ੍ਰਿਤਸਰ ਸਣੇ ਪੰਥਕ ਧਿਰਾਂ ਵੱਲੋਂ ਆਪੋ ਆਪਣੀਆਂ ਕਾਨਫਰੰਸਾਂ ਸਜਾਈਆਂ ਗਈਆਂ। ਸ਼ਰਧਾਂਜਲੀ ਦੇ ਨਾਮ ਤੇ ਕੀਤੀਆਂ ਜਾਣ ਵਾਲੀ ਇਹ ਕਾਨਫਰੰਸ ਆ ਇਸ ਵਾਰ ਵੀ ਸਿਆਸੀ ਅਖਾੜਾ ਹੋ ਨਿਬੜੀ, ਇੱਕ ਦੂਜੇ ਦੇ ਤਿੱਖੇ ਨਿਸ਼ਾਨੇ ਸਾਧੇ ਗਏ। 27 ਦਸੰਬਰ ਦਾ ਦਿਨ ਫਤਿਹਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਤੇ ਜੁੜਦੇ ਇਸ ਇਤਿਹਾਸਕ ਸ਼ਹੀਦੀ ਜੋੜ ਮੇਲ ਚ ਸਿਆਸਤ ਦੇ ਨਾਮ ਰਿਹਾ। ਸਿਆਸੀ ਪਾਰਟੀਆਂ ਤੋਂ ਲੈ ਕੇ ਪੰਥਕ ਧਿਰਾਂ ਵੀ ਆਪੋ ਆਪਣੀਆਂ ਕਾਨਫਰੰਸਾਂ ਸਜਾਉਂਦੀਆਂ ਨਜ਼ਰ ਆਈਆਂ, ਪਰ ਚਰਚਾ 'ਚ ਇਸ ਵਾਰ ਅਕਾਲੀ ਦਲ ਤੇ ਕਾਂਗਰਸ ਦੀਆਂ ਕਾਨਫਰੰਸਾਂ ਦੇ ਨਾਲ ਨਾਲ ਸੂਬੇ 'ਚ ਨਵੀਂ ਪਾਰਟੀ ਵਜੋਂ ਉਭਰੀ ਆਮ ਆਦਮੀ ਪਾਰਟੀ ਵੀ ਰਹੀ। ਚੋਣਾਂ ਦਾ ਮੌਸਮ ਸਿਰ ਤੇ ਹੈ, ਸੋ ਅਕਾਲੀ ਦਲ ਦੀ ਸਟੇਜ ਤੋਂ ਵਿਕਾਸ ਦੀ ਗੂੰਜ ਸੁਣਨ ਨੂੰ ਮਿਲੀ, ਜਿਸ ਦੇ ਸਵਾਲ ਕਾਂਗਰਸ ਨੇ ਵੀ ਖੜੇ ਕੀਤੇ ਤੇ ਆਮ ਆਦਮੀ ਪਾਰਟੀ ਨੇ ਵੀ। ਯਾਦ ਕਰੋ ਤੁਸੀਂ ਕੋਈ ਇੱਕ ਗੱਲ, ਜਿਸ ਕਰਕੇ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਸੀ, ਜਦੋਂ ਉਹਨੇ ਆਪਣੇ ਪੰਜਾਬ ਵਾਸਤੇ ਕੀਤੀ ਹੋਈ, ਜੇ ਯਾਦ ਕਰੋਗੇ ਸੋ ਸਾਹ ਬਾਦਲ ਨੇ ਕੀਤਾ, ਇੱਕ ਵੱਡੀ ਲਿਸਟ ਲਿਖ ਲੂਗੀ। ਕਿਸਾਨ ਕਹੋ, ਹਿੰਦੁਸਤਾਨ ਦੇ ਕਿਸੇ ਵੀ ਕੋਨੇ ਚਲੇ ਜਾਓ, ਵੀ ਦੋ ਦੋ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਇਆ ਮਹੀਨੇ ਦਾ ਟਿਊਬਲ ਦਾ ਬਿੱਲ ਆਉਂਦਾ ਹੈ, ਜਿਹੜਾ ਤੁਹਾਡਾ ਬਿਲਕੁਲ ਮੁਫ਼ਤ ਹੈ। ਇਹ ਗਾਲੀ ਯਾਦ ਕਰੋ, ਜਦੋਂ ਕਾਂਗਰਸ ਅਮਰਿੰਦਰ ਸਿੰਘ ਬਣਿਆ ਸੀ ਮੁੱਖ ਮੰਤਰੀ, ਉਹਨੇ ਬਿੱਲ ਲਾ ਤੇ ਸੀ, ਫਿਰ ਤੋਂ ਫਿਰ ਅਸੀਂ ਵਾਪਸ ਵਿੱਚੋਂ ਮਾਫ਼ ਕੀਤੇ। ਪਰਚੂਨ ਦੇ ਵਿੱਚ ਰੇਤੇ ਦੀ ਕੀਮਤ ਆਟੇ ਨਾਲੋਂ ਜ਼ਿਆਦਾ ਸੀ, ਕਦੇ ਸੁਣਿਆ ਅਕਾਲੀ ਯੁੱਗ ਦੇ ਵਿੱਚ ਹੀ ਹੁੰਦਾ ਜਾਂ ਬਾਦਲਾਂ ਦੇ ਯੁੱਗ ਵਿੱਚ। ਮੇਰੇ ਸਮੇਂ 'ਚ ਇੱਕ ਦਿਨ ਵੀ ਪੰਜਾਬ ਦੀ ਟ੍ਰੈਜਰੀ ਖਜ਼ਾਨਾ ਬੰਦ ਨਹੀਂ ਹੋਇਆ, ਇੱਕ ਦਿਨ ਵੀ। ਹੁਣ ਇੱਕ ਦਿਨ ਵੀ ਨਹੀਂ ਇਹਨਾਂ ਦੇ 9 ਸਾਲ ਜਦੋਂ ਟ੍ਰੈਜਰੀ ਖੁੱਲ੍ਹੀ ਹੈ, ਖੋਲ੍ਹਦੇ ਨੇ ਆਪਣੇ ਬਿੱਲ ਪਾਸ ਕਰਾ ਦਿੰਦੇ ਨੇ ਔਰ ਫਿਰ ਦਰਵਾਜ਼ੇ ਬੰਦ। कि पंजाब को नशाखोरी, भ्रष्टाचार, जो रेत माफियाओं का राज है, जो किसी भी नौजवान को पर्चे काट के उसको जेल में डाल दिया जाता है, इस राज के खिलाफ आज यहाँ इस सियासी जलसे में आज यहाँ चर्चा होगी, बातचीत होगी। ਧਾਰਮਿਕ ਸਟੇਜਾਂ ਦੇ ਸ਼ਰਧਾਂਜਲੀਆਂ ਦੇ ਨਾਮ ਤੇ ਸਿਆਸੀ ਚੱਕੜ ਉਛਾਲੀ ਸਿਆਸਤ ਦੀ ਵਿਰਾਸਤ ਹੈ, ਜਿਸ ਨੂੰ ਇਹ ਪਾਰਟੀਆਂ ਅੱਗੇ ਵਧਾਉਂਦੀਆਂ ਨਜ਼ਰ ਆ ਰਹੀਆਂ ਨੇ। ਜਗਤਾਰ ਭੁੱਲਰ ਦੇ ਨਾਲ ਕੁਲਵੀਰ ਦੀਵਾਨ, ਜ਼ੀ ਮੀਡੀਆ, ਫਤਿਹਗੜ੍ਹ ਸਾਹਿਬ। ਬੇਸ਼ੱਕ ਨਵੀਂ ਲਈ ਆਮ ਆਦਮੀ ਪਾਰਟੀ ਆਪਣੀ ਕਾਨਫਰੰਸ 'ਚ ਖੋਲ੍ਹ ਕੇ ਸਿਆਸੀ ਹਮਲੇ ਨਾ ਦਾਗਣ ਦੇ ਦਾਅਵੇ ਕਰਦੀ ਨਜ਼ਰ ਆਈ, ਪਰ ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ 'ਚ ਸਟੇਜਾਂ ਤੇ ਖੋਲ੍ਹ ਕੇ ਤਿੱਖੇ ਹਮਲੇ ਹੋਏ। ਮੌਕਾ ਸੀ ਸ਼ਹੀਦੀ ਸਮਾਗਮ ਤੇ ਸ਼ਰਧਾਂਜਲੀਆਂ ਦਾ, ਪਰ ਸਿਆਸੀ ਸਟੇਜਾਂ ਤੋਂ ਇਲਜ਼ਾਮ ਤਰਾਸ਼ੀਆਂ ਦਾ ਸ਼ੁਰੂ ਹੋਇਆ ਦੌਰ ਇੱਕ ਦੂਜੇ ਖਿਲਾਫ ਤਿੱਖੇ ਸ਼ਬਦੀ ਹਮਲਿਆਂ 'ਚ ਬਦਲਦਾ ਨਜ਼ਰ ਆਇਆ। ਅਕਾਲੀ ਦਲ ਦੀ ਸਿਆਸੀ ਕਾਨਫਰੰਸ 'ਚ ਕਾਂਗਰਸ ਨਿਸ਼ਾਨੇ ਤੇ ਰਹੀ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤਾਂ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਐਲਾਨਣ ਤੱਕ ਚਲੇ ਗਏ, ਜਿਸ ਤੇ ਪਲਟਵਾਰ ਕਰਦਿਆਂ ਕਾਂਗਰਸ ਨੇ ਧਾਰਮਿਕ ਮੁੱਦਿਆਂ ਤੋਂ ਲੈ ਕੇ ਸੂਬੇ ਦੀ ਮਾੜੀ ਮਾਲੀ ਹਾਲਤ ਦੇ ਹਵਾਲੇ ਦੇ ਕੇ ਨਿਸ਼ਾਨੇ ਸਾਧੇ। ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਪਣੀ ਕੌਮ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ। ਜਿਸ ਕਾਂਗਰਸ ਪਾਰਟੀ ਨੇ ਜੋ ਹਮਲੇ ਆਪਣੇ ਦੇ ਕੀਤੇ, ਜੋ ਗੁਰੂਧਾਮਾਂ ਦੇ ਹਮਲੇ ਕੀਤੇ, ਜੋ ਆਪਾਂ ਭੈਣਾਂ ਭਰਾਵਾਂ ਦੇ ਕਤਲੇਆਮ ਕਰਾਇਆ, ਆਪਾਂ ਕਿਤੇ ਭੁੱਲ ਸਕਦੇ? ਇੱਥੇ ਨਸ਼ਿਆਂ ਦੇ ਟਰੱਕ ਆ ਸਕਦੇ ਹੈ, ਧੱਕਿਆਂ ਦੇ ਟਰੱਕ ਆ ਸਕਦੇ ਹੈ, ਲੁਟੇਰਿਆਂ ਦੇ ਟਰੱਕ ਆ ਸਕਦੇ ਹੈ, ਸਾਡੇ ਧਰਮਾਂ ਦਾ ਅਪਮਾਨ ਕਰਨ ਵਾਲਿਆਂ ਦੇ ਸੂਬੇ ਦੀ ਸਿਆਸਤ 'ਚ ਮੁਕਾਬਲਾ ਤਿਕੋਣਾ ਹੋ ਚੁੱਕਾ ਹੈ। ਇਸ ਦੀ ਝਲਕ ਸਿਆਸੀ ਸਟੇਜਾਂ ਤੋਂ ਵੀ ਮਿਲੀ। ਅਕਾਲੀ ਦਲ ਨੇ ਕਾਂਗਰਸ ਦੇ ਨਾਲ ਨਾਲ ਹੱਲਾ ਆਮ ਆਦਮੀ ਪਾਰਟੀ ਤੇ ਬੋਲਿਆ, ਜਿਸ ਦੇ ਜਵਾਬ ਉਸੇ ਅੰਦਾਜ਼ 'ਚ ਮਿਲਿਆ। ਇੱਕ ਨਿਸ਼ਾਨ ਇਹ ਜਿਹਾ ਲੋਕਾਂ ਨੇ ਆਖਿਆ, ਪਤਾ ਨੀ ਗਰੀਬੀ ਝਾੜੂ ਨਾ ਹੱਟੂਗੀ। ਆਪਾਂ ਉਹ ਗੱਲਾਂ ਨਾਲ ਨਹੀਂ ਕੁਛ ਹੁੰਦਾ। ਇਹ ਜੇ ਬੰਦੇ ਕੋਈ ਕੋਈ ਠੋਸ ਬੰਦਾ ਉਹਨਾਂ ਨਾਲ ਜਾਂਦਾ, ਉਹੀ ਬੰਦੇ ਜਾਂਦੇ ਹਨ ਜਿਹੜੇ ਦੂਜੀਆਂ ਪਾਰਟੀਆਂ ਨੇ ਨਿਗਾਰੇ। ਜਿਹੜੀ ਭੀੜ ਜੁੜ ਰਹੀ ਹੈ ਨਾ ਜੀ,
लोग तब्दीली चाहते हैं। लोगों ने 68 साल कांग्रेस बीजेपी अकालियों देखा, उन्होंने पंजाब नू नशे दिते है, गरीबी दिती है, गुंडागर्दी दिती है, रिश्वतखोरी दिती है, किसान मार दिते है। पंजाब 2017 विधानसभा चोणों का मुढ़ बज चुका है। सियासी पार्टियां लोकमत नूं लवाउण लई मुद्दियां दे परतदियां नजर आ रही ने। हाकम धिर विकास जरिए सियासी ताल ठोक रही है, तां विरोधी पार्टियां इसे विकास नूं निशाना बना रही ने। जगतार पुलर दे नाल कुलवीर दीवान, जी मीडिया, फतेहगढ़ साहिब। फतेहगढ़ साहिब की धरती से जिथे मुख्यमंत्री प्रकाश सिंह बादल ने कबूल दे नजर आए कि धर्म से सियासत एक दूजे बिना चल नहीं सकते, पर कांग्रेस ने अकाली दल से धर्म के इस्तेमाल का इल्जाम लगाया। अपनी सियासी सहूलत लई पार्टी के पंथक लेवल लाउणा ते चिपकाउणा सियासी पार्टियां दे किरदार दा अहम हिस्सा रहा है, पर पंजाब दे बदलदे सियासी माहौल दे संदर्भ च अकाली सियासत दा एक कूणी मोड़ी है कि मुख्यमंत्री बादल खुलेआम कबूल रहे ने कि धर्म बिना सियासत चल नहीं सकती। कांग्रेस नूं इस ते इतराज है कि अकाली दल धार्मिक नजरिए तो हर वार वड्डे वोट बैंक नूं गोलबंद कर लैंदा है। राजनीतिक नहीं असी इत्थे बोलना, क्योंकि साड़ी तो पार्टी भी अंदोलन चो निकली हुई पार्टी है। सो इस करके असी इत्थे लोकां नाल गल करन आए हां कि आपां जुलम दे खिलाफ इस लड़ाई दे विच जे जेतू बन के जे निकलना है तो आपां नूं गुरुआं दा आशीर्वाद और साडे लई तां बहुत वड्डी मिसाल। सियासत दी गल करिए, आने वाली विधानसभा चोणां 2017 दीआं, कि उस विच पार्टी उतरेगी? ਤੁਸੀਂ ਕਿਹਾ ਸਿਆਸਤ ਦੀ ਗੱਲ ਨਹੀਂ ਕਰਨੀ ਹੁਣ ਨਹੀਂ ਬਸ। ਸਿਆਸਤ ਤੇ ਧਰਮ ਦੋ ਵੱਖੋ ਵੱਖਰੇ ਸੰਕਲਪ ਜ਼ਰੂਰ ਨੇ, ਪਰ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਕਿ ਸਿਆਸੀ ਮਫਾਦ ਲਈ ਧਰਮ ਇਸਤੇਮਾਲ ਹੁੰਦਾ ਆਇਆ ਤੇ ਮਿਸ਼ਨ 2017 ਤੇ ਨਿਕਲਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਅਹਿਮ ਮੁੱਦਿਆਂ ਤੋਂ ਹਟ ਇਸ ਤੇ ਇੱਕ ਦੂਜੇ ਤੇ ਆਹਮੋ ਸਾਹਮਣੇ ਨੇ। ਜਗਤਾਰ ਪੁਲਰ ਤੇ ਕੁਲਵੀਰ ਦੀਵਾਨ ਦੇ ਨਾਲ ਹਰਸ਼ਨ ਕੌਰ, ਜ਼ੀ ਮੀਡੀਆ, ਫਤਿਹਗੜ੍ਹ ਸਾਹਿਬ। इस नाल ही मुख्यमंत्री बादल ने दल बदली करन वाले ते वड्डा सियासी हमला किया, ते इसे बहाने मुख्यमंत्री ने सुचा सिंह छोटेपुर ते खेरा ते भी निशाना लगाया। किसे इंडिविजुअल दा कोई किड्डा वड्डा होवे जे पार्टी छड के दूजी पार्टी जांदा है, ना तो उस इंडिविजुअल नू कदे जिंदगी च फायदा होना है ते ना पार्टी जिहदे जांदा उहनू फायदा होना। इस करके ये गलत अंदाजे है कि कोई किस पासे चला गया, कोई किधर चला गया। ये उही लोग जा रहे हैं जिन्हां नूं किसी पार्टी च कुछ ओहदे नहीं मिले, फ्रस्ट्रेट हो गए। हुण तुसीं दसो आम आदमी पार्टी, मैं तुहानूं सिद्धे दस, इहदा प्रेजीडेंट जिहड़ा है वह अकाली दल का मिनिस्टर भी रहा, पिछे दो वारी हार चुके असैंबली विच प्रेजीडेंट छोटेपुर जिहड़ा, और हुण जिहड़ा ये खैरा इन्हें आपकी स्टेटमेंट दसा कि सानू कहा गया सी तो कि तुहानू नौजवानों एडजस्ट करांगे, सानू एडजस्ट नहीं किया प्रॉपर। तो जे आपकी पार्टी च वो कुछ नहीं कर सके तो अगली पार्टी नू की वो फायदा देंगे। सो फतेहगढ़ साहिब की धरती से अज कई ने कहा कि अज कोई सियासी गल नहीं, पर कई ने अपने विरोधियों निशाने साधन से कोई कसर नहीं छड़ी। होर खबरों का रोख करते, कैबिनेट मंत्री अनिल जोशी ते मुख्यमंत्री सलाहकार महेश इंदर गरेवाल वालों लाए इल्जामों से सियासत भग गई है। जोशी ने जिथे इन इल्जामों को बेबुनियाद दसिया, उथे ही कई सवाल भी खड़े किए ने। महेश इंदर गरेवाल वालों कैबिनेट मंत्री अनिल जोशी से लाए गए भ्रिष्टाचार के इल्जामों का जोशी ने उसी अंदाज जवाब दिता है।
जोशी ने कहा कि उन्होंने भ्रिष्टाचार का एक भी मामला दर्ज नहीं है। नाल ही उन्होंने गरेवाल से निशाना साध्या कहा कि गरेवाल भरावां की बैकडोर तो एंट्री हुई है। ਗਰੇਵਾਲ ਨੇ ਭ੍ਰਿਸ਼ਟਾਚਾਰ ਦੇ ਮੇਰੇ ਤੇ ਕੀ ਦੋਸ਼ ਲਾਉਣੇ ਆ ਜਿਹੜੇ ਆਪ ਕਟਹਿਰੇ ਚ ਆ। ਜੇ ਬੈਕ ਡੋਰ ਤੋਂ ਐਂਟਰੀ ਆ ਦੋਵਾਂ ਭਰਾਵਾਂ ਦੀ ਐਂਟਰੀ ਜਿਹੜੀ ਉਹ ਬੈਕ ਡੋਰ ਤੋਂ ਆ, ਉਹ ਵੀ ਜਿਹੜੇ ਆ ਕੈਬਨਿਟ ਰੈਂਕ ਜਿਹੜਾ ਬੈਕ ਡੋਰ ਤੋਂ ਆ ਤੇ ਜਿਹੜਾ ਐਡਵਾਈਜ਼ਰ ਟੂ ਸੀਐਮ ਲੱਗ ਕੇ ਤੇ ਕੈਬਨਿਟ ਗੱਡੀ ਲਈ ਫਿਰਦੇ ਆ। ਅਸੀਂ ਤੇ ਜਿੱਤ ਕੇ ਆਏ ਆ, ਬਾਕੀ ਪੂਰੇ ਪੰਜਾਬ ਦੇ ਵਿੱਚ ਉਂਗਲ ਨਾ ਮੇਰੇ ਤੇ ਅੱਜ ਤੱਕ ਹੋਈ ਆ, ਨਾ ਕਿਸੇ ਨੇ ਕੀਤੀ ਆ। ਇਸ ਤੋਂ ਪਹਿਲਾਂ ਅਨਿਲ ਜੋਸ਼ੀ ਵੱਲੋਂ ਮਹੇਸ਼ ਇੰਦਰ ਗਰੇਵਾਲ ਦੇ ਭਰਾ GS ਗਰੇਵਾਲ ਦੇ ਖਿਲਾਫ ਕੀਤੀ ਗਈ ਕਾਰਵਾਈ ਤੇ ਮਹੇਸ਼ ਇੰਦਰ ਗਰੇਵਾਲ ਨੇ ਸਵਾਲ ਚੁੱਕੇ ਸਨ। ਮਾਮਲਾ ਭ੍ਰਿਸ਼ਟਾਚਾਰ ਨਾਲ ਜੁੜਿਆ ਹੈ ਤੇ ਲੜਾਈ ਕਿਸੇ ਹੋਰ ਪਾਸੇ ਮੁੜਦੀ ਨਜ਼ਰ ਆ ਰਹੀ ਹੈ। ਗਰੇਵਾਲ ਨੇ ਅਨਿਲ ਜੋਸ਼ੀ ਨੂੰ ਰਿਟਾਇਰਡ ਜੱਜ ਦੇ ਅਧੀਨ ਜਾਂਚ ਕਰਵਾਉਣ ਦੀ ਚੁਣੌਤੀ ਦਿੱਤੀ ਸੀ। ਜੇ ਚੈਲੰਜ ਕੀਤਾ ਜੋਸ਼ੀ ਸਾਹਿਬ ਨੂੰ ਕਿ ਤੁਸੀਂ ਵੀ ਤੇ ਅਸੀਂ ਵੀ ਇੱਕ ਸਿਟਿੰਗ ਜਾਂ ਰਿਟਾਇਰਡ ਹਾਈਕੋਰਟ ਦੇ ਜੱਜ ਤੋਂ ਇਨਕੁਆਇਰੀ ਕਰਾ ਲਈਏ ਕਿ ਕਿਹਨੇ ਪਾਵਰ ਵਿੱਚ ਆ ਕੇ ਨਜਾਇਜ਼ ਕੀਤਾ, ਕਿਹਨੇ ਪੈਸੇ ਬਣਾਏ ਤੇ ਕਿਹਨੇ ਨਹੀਂ ਬਣਾਏ। ਅਸਲ 'ਚ ਪੂਰਾ ਮਾਮਲਾ ਪੰਜਾਬ ਦੇ ਵੱਖ ਵੱਖ ਪ੍ਰਾਈਵੇਟ ਮੈਡੀਕਲ ਕਾਲਜਾਂ ਦਾ ਹੈ ਜੋ ਇਲਜ਼ਾਮਾਂ ਮੁਤਾਬਕ ਬਿਨਾਂ ਕਾਲਜ ਗਏ ਤਨਖਾਹ ਲੈ ਰਹੇ ਸਨ ਤੇ ਕੈਬਨਿਟ ਮੰਤਰੀ ਜੋਸ਼ੀ ਨੇ ਉਹਨਾਂ ਨੂੰ ਬਿਨਾਂ ਜਾਂਚ ਦੇ ਕਲੀਨ ਚਿੱਟ ਦਿੱਤੀ ਸੀ। ਇਸ ਦਾ PMC ਦੇ ਪ੍ਰਧਾਨ ਨੇ ਗੰਭੀਰ ਨੋਟਿਸ ਲਿਆ ਸੀ ਤੇ ਜਿਸ ਤੋਂ ਬਾਅਦ ਅਨਿਲ ਜੋਸ਼ੀ ਤੇ GS ਗਰੇਵਾਲ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਸੀ। ਵੀ ਸ਼ਰਮਾ, ਜ਼ੀ ਮੀਡੀਆ, ਲੁਧਿਆਣਾ। ਅੱਗੇ ਵਧਦਿਆਂ ਬੋਹਰ ਕਤਲਕਾਂਡ ਮਾਮਲੇ ਤੇ ਸਿਆਸੀ ਪਾਰਟੀਆਂ ਦੇ ਵੱਖ ਵੱਖ ਪੱਖ ਸਾਹਮਣੇ ਆ ਰਹੇ ਨੇ। ਕਾਂਗਰਸੀ ਨੇਤਾ ਜਗਮੀਤ ਬਰਾੜ ਨੇ ਮੁਕਤਸਰ ਤੋਂ ਅਬੋਹਰ ਤੱਕ ਦੇ 2 ਦਿਨ ਦੀ ਪੈਦਲ ਯਾਤਰਾ ਦਾ ਆਗਾਜ਼ ਸੱਚ ਕਰ ਦਿੱਤਾ। ਅਬੋਹਰ ਚ ਦਲਿਤ ਪਰਿਵਾਰ ਦੇ ਨੌਜਵਾਨ ਦੇ ਬੇਦਰਦੀ ਨਾਲ ਕੀਤੇ ਗਏ ਕਤਲ ਨੇ ਜਿੱਥੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਸੀ, ਉੱਥੇ ਇਸ ਦਾ ਸਿਆਸੀ ਲਾਹਾ ਲੈਣ ਦੇ ਲਈ ਪਾਰਟੀਆਂ ਵੱਲੋਂ ਜ਼ੋਰ ਅਜਮਾਇਸ਼ ਵੀ ਰੋਜ਼ਾਨਾ ਸਾਹਮਣੇ ਆ ਰਹੀ ਹੈ। ਇਸੇ ਤਹਿਤ ਮੁਕਤਸਰ ਤੋਂ ਕਾਂਗਰਸ ਆਗੂ ਜਗਮੀਤ ਬਰਾੜ ਨੇ ਅਬੋਹਰ ਤੱਕ ਦੀ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਹੈ। ਜਗਮੀਤ ਬਰਾੜ ਨੇ ਕਿਹਾ ਕਿ ਇਨਸਾਫ ਲਈ ਦਲਿਤ ਪਰਿਵਾਰ ਦਾ ਸਾਥ ਦੇਣ ਅਤੇ ਪੁਲਿਸ ਦੇ ਨਾਲ ਨਾਲ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਉਹਨਾਂ ਇਹ ਯਾਤਰਾ ਸ਼ੁਰੂ ਕੀਤੀ ਹੈ। ਦੇਖੋ, ਜੋ ਭਾਰੀ ਜ਼ੁਲਮ ਔਰ ਅਤਿਆਚਾਰ ਦਲਿਤ ਭਾਈਚਾਰੇ ਦੇ ਵਿਰੁੱਧ ਹੋਇਆ ਹੈ ਅਬੋਹਰ ਵਿਖੇ, ਭੀਮ ਕਾਂਡ ਜਿਸ ਤਰ੍ਹਾਂ ਉਹਨਾਂ ਨੂੰ ਵੱਢਿਆ ਟੁੱਕਿਆ ਗਿਆ, ਬੰਦ ਬੰਦ ਜਿਵੇਂ ਕੱਟ ਦਿੱਤਾ ਜਾਂਦਾ ਹੈ, ਇੰਨਾ ਜ਼ੁਲਮ ਉਹਦੇ ਖਿਲਾਫ਼ ਅਸੀਂ ਸਮੂਹ ਗਰੀਬ ਕਿਸਾਨ ਸਭ ਭਾਈਚਾਰੇ ਨੂੰ, ਪੰਜਾਬ ਦਾ ਅਮਨ ਲੋਚਦੇ ਆ ਜਿਹੜੇ ਲੋਕ, ਔਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੈ, ਔਰ ਅਸੀਂ ਮੁਕਤਸਰ ਤੋਂ ਚੱਲ ਕੇ ਅਬੋਹਰ ਤੱਕ ਦਾ ਇਹ ਪੈਦਲ ਰੋਡ ਮਾਰਚ ਜਿਹੜਾ ਉਹ ਕਰ ਰਹੇ ਹਾਂ। ਸਾਰੇ ਹਿੰਦੁਸਤਾਨ 'ਚ ਹੀ ਨਹੀਂ, ਇਹਦਾ ਸੰਦੇਸ਼ ਦੁਨੀਆ 'ਚ ਜਾਣਾ ਹੈ। ਇਸ ਪੈਦਲ ਯਾਤਰਾ ਵਿੱਚ ਜਗਮੀਤ ਬਰਾੜ ਦੇ ਨਾਲ ਸਾਬਕਾ MLA ਵਿਜੇ ਸਾਥੀ ਅਤੇ ਰਿਪਜੀਤ ਸਿੰਘ ਬਰਾੜ ਵੀ ਮੌਜੂਦ ਸਨ। ਕਾਂਗਰਸ ਆਗੂ ਦੀ ਇਹ ਪੈਦਲ ਯਾਤਰਾ ਪੂਰੇ ਮਾਮਲੇ ਨੂੰ ਲੈ ਕੇ ਜਾਰੀ ਸਿਆਸਤ ਵਿੱਚ ਕੀ ਨਵਾਂ ਮੋੜ ਲੈ ਕੇ ਆਏਗੀ, ਇਹ ਵੇਖਣਾ ਹੋਏਗਾ। ਜਸਵਿੰਦਰ ਬੱਬਰ, ਜ਼ੀ ਮੀਡੀਆ, ਮੁਕਤਸਰ। ਅਗਰ ਰੁੱਖ ਮਾਨਸਾ ਦਾ ਕਰਦੇ ਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਅੱਧਾ ਦਰਜਨ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਤੇ ਕਰੋੜਾਂ ਦੇ ਵਿਕਾਸ ਦੇ ਚੈੱਕ ਤਕਸੀਮ ਕੀਤੇ। ਇਸ ਦੌਰਾਨ ਉਹਨਾਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਰਹੀ। ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਇੱਕ ਭ੍ਰਸ਼ਟ ਅਫਸਰ ਨੂੰ ਬਚਾਉਣ ਲਈ ਤਾਕਤ ਲਗਾ ਰਹੀ ਹੈ। ਹਾਲਾਂਕਿ ਅਕਾਲੀ ਦਲ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਆਮ ਆਦਮੀ ਪਾਰਟੀ ਚੁਣੌਤੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਵੱਖ ਵੱਖ ਸਿਆਸੀ ਪਾਰਟੀਆਂ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਰਹਿੰਦੀ ਹੈ ਤੇ ਮਾਨਸਾ ਪਹੁੰਚੇ ਹਰਸਿਮਰਤ ਕੌਰ ਬਾਦਲ ਨੇ ਵੀ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ। ਅੱਗੇ ਵਧਦੇ, ਕਿਸਾਨ ਚਿੱਟੀ ਮੱਖੀ ਨਾਲ ਬਰਬਾਦ ਹੋਈ ਫਸਲ ਦੇ ਲਈ ਉਚਿਤ ਮੁਆਵਜ਼ੇ ਦਾ ਇੰਤਜ਼ਾਰ ਕਰ ਰਹੇ ਨੇ ਤੇ ਹੁਣ ਕਿਸਾਨਾਂ ਦੀ ਇਸੇ ਮੰਗ ਨੂੰ ਅਦਾਲਤ ਦੀਆਂ ਬਰੂਹਾਂ ਤੱਕ ਲਿਜਾਣ ਦੀ ਤਿਆਰੀ ਸਵਰਾਜ ਅਭਿਆਨ ਦੇ ਆਗੂਆਂ ਨੇ ਕੀਤੀ ਹੈ। ਜਨ ਸੁਣਵਾਈ ਤੇ ਕਾਨੂੰਨੀ ਸਹਾਇਤਾ ਕੈਂਪ ਬਠਿੰਡਾ ਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਇਹ ਕੈਂਪ ਸਵਰਾਜ ਅਭਿਆਨ ਦੇ ਆਗੂਆਂ ਵੱਲੋਂ ਲਗਾਇਆ ਗਿਆ ਤੇ ਵਕਾਲਤਨਾਮਾ ਤਿਆਰ ਕਰਕੇ ਤਕਰੀਬਨ 300 ਕਿਸਾਨਾਂ ਦੇ ਦਸਤਖਤ ਕਰਵਾਉਣ ਦਾ ਦਾਅਵਾ ਵੀ ਕੀਤਾ ਗਿਆ। ਪ੍ਰਸ਼ਾਂਤ ਭੂਸ਼ਣ ਤੇ ਆਮ ਆਦਮੀ ਪਾਰਟੀ ਤੋਂ ਸਸਪੈਂਡ ਕੀਤੇ ਗਏ ਪਟਿਆਲਾ ਦੇ MP ਧਰਮਵੀਰ ਗਾਂਧੀ ਨੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ। ਮੇਰੀ رائے ਮੈਂ ਸਰਕਾਰ ਇਸਕੇ ਲਈ ਜ਼ਿੰਮੇਦਾਰ ਹੈ ਔਰ ਇਸਕੇ ਲਈ ਸਰਕਾਰ ਕੋ ਕੋਰਟ ਮੈਂ ਲਿਜਾਇਆ ਜਾ ਸਕਤਾ ਹੈ ਔਰ ਲਿਜਾਇਆ ਜਾਏਗਾ, ਜਿਸਮੇ ਕਿ ਰਾਜ ਸਰਕਾਰ ਔਰ ਕੇਂਦਰ ਸਰਕਾਰ ਦੋਨੋਂ ਕੋ ਪਾਰਟੀ ਬਣਾਇਆ ਜਾਏਗਾ, ਲੇਕਿਨ ਇਸਮੇ ਰਾਜ ਸਰਕਾਰ ਕਾ ਹੀ ਜ਼ਿਆਦਾ ਜ਼ਿੰਮੇਦਾਰੀ ਹੈ, ਕਿਉਂਕਿ ਰਾਜ ਸਰਕਾਰ ਨੇ ਹੀ ਕਿਸਾਨੋਂ ਕੋ ਯੇ ਬੋਲਾ ਕਿ ਭਾਈ ਇਹ ਪੈਸਟੀਸਾਈਡ ਯੂਜ਼ ਕਰੋ, ਯੇ ਸੀਡ ਯੂਜ਼ ਕਰੋ, ਜੋ ਕਿ ਸਭ ਫੇਲ ਹੋ ਗਏ। ਗੱਲ ਕਿਸਾਨਾਂ ਦੀ ਹੋ ਰਹੀ ਸੀ, ਪਰ ਜਦ ਆਮ ਆਦਮੀ ਪਾਰਟੀ ਦਾ ਸਵਾਲ ਪੁੱਛਿਆ ਗਿਆ ਤਾਂ ਆਪ ਵੀ ਪ੍ਰਸ਼ਾਂਤ ਭੂਸ਼ਣ ਦੇ ਨਿਸ਼ਾਨੇ ਤੇ ਆ ਗਏ। ਜਿਨ ਉਦੇਸ਼ੋ ਕੇ ਸਾਥ ਆਮ ਆਦਮੀ ਪਾਰਟੀ ਬਣਾਈ ਗਈ ਥੀ, ਜਿਸ
एक वैकल्पिक राजनीति के लिए आम आदमी पार्टी बनाई गई थी, उस वैकल्पिक राजनीति से तो पूरी तरह से बिछड़ चुकी है। उसका एक उदाहरण ये है कि आज इंडिस्क्रिमिनेटली कांग्रेस से, अकाली दल से लोगों को एडमिट किया जा रहा है, बगैर ये देखे कि भाई उनका क्या ट्रैक रिकॉर्ड है। बड़ी आसान वाली स्कैम चाहे किसान ने स्वराज अभियान के आगुआ ते भरोसा जताया। ਪੰਜਾਬ ਸਰਕਾਰ ਨੇ ਕੋਈ ਮਾਜਰਾ ਨਹੀਂ ਦਿੱਤਾ ਤੁਹਾਨੂੰ ਪੰਜਾਬ ਸਰਕਾਰ ਨੇ ਕੋਈ ਸਾਨੂੰ ਨਹੀਂ ਚਾਹੀ ਪਸੰਦ ਦਿੱਤਾ ਸਾਰਾ ਕੁਝ ਜੋ ਇੱਥੇ ਮਤਲਬ ਫੈਕਸ਼ਨ ਰੱਖਿਆ ਹੋਇਆ ਸਾਡੇ ਪੁੱਛਣ ਜੀ ਨੇ ਸੋ ਇਹਨਾਂ ਤੋਂ ਮਤਲਬ ਅਸੀਂ ਆਸ ਕਰਦੇ ਹਾਂ ਕਿ ਸਾ
नकली कीटनाशकों ने किसानों के खेतों नूं सुन्ना कर दिता। हुण जिथे किते भी कोई थोड़ा जिहा भरोसा दिंदा है, थके हारिए किसान उसे राह पै जांदे ने। इस उम्मीद नाल कि शायद सचमुच इंसाफ मिल ही जावे। हुण स्वराज अभियान के आगुआ ने किसानों की बांह तां फड़ी है, पर इंसाफ की लड़ाई कौन जानता है कि आखिर किन्नी लंबी होवेगी। गोविंद सैनी दे नाल ब्यूरो रिपोर्ट, जी मीडिया, बठिंडा। ਹੁਣ ਮੁੜ ਤੋਂ ਗੱਲ ਕਰਦੇ ਹਾਂ ਕਿਸਾਨਾਂ ਦੇ। ਸੂਬੇ 'ਚ ਕਿਸਾਨਾਂ ਦੇ ਖੁਦਕੁਸ਼ੀਆਂ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਮਾਨਸਾ ਜ਼ਿਲ੍ਹੇ ਦੇ ਖਾਰਾ ਪਿੰਡ 'ਚ ਕਰਜ਼ੇ ਤੋਂ ਤੰਗ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਰੇਸ਼ਮ ਸਿੰਘ ਵਜੋਂ ਹੋਈ ਹੈ, ਜਿਸ ਦੇ ਕੋਲ 2 acres ਜ਼ਮੀਨ ਸੀ, ਪਰ ਕਰਜ਼ੇ ਕਰਕੇ ਉਸ ਨੂੰ ਇਹ ਵੀ ਵੇਚਣੀ ਪਈ। ਇਸੇ ਪਰੇਸ਼ਾਨੀ ਦਾ ਭਾਰ ਨਾ ਸਹਾਰਦੇ ਹੋਏ ਰੇਸ਼ਮ ਸਿੰਘ ਨੇ ਮੌਤ ਨੂੰ ਗਲੇ ਲਗਾ ਲਿਆ। ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ। ਕਰਜ਼ੇ ਦੇ ਬੋਝ ਤੋਂ ਪਰੇਸ਼ਾਨ ਸੀ ਕਿਸਾਨ ਅਤੇ ਉਸਨੇ ਖੁਦਕੁਸ਼ੀ ਦਾ ਰਾਹ ਚੁਣਿਆ। ਕਈ ਕਿਸਾਨ ਮੁਆਵਜ਼ੇ ਦੀ ਉਡੀਕ ਕਰ ਰਹੇ ਨੇ ਤੇ ਕਈ ਖੁਦਕੁਸ਼ੀ ਦੇ ਰਾਹੇ ਪੈ ਰਹੇ ਨੇ। ਮ੍ਰਿਤਕ ਕਿਸਾਨ ਦੀ ਪਛਾਣ ਰੇਸ਼ਮ ਸਿੰਘ ਵਜੋਂ ਹੋਈ ਹੈ, ਜਿਸਦੇ ਕੋਲ 2 acres ਜ਼ਮੀਨ ਸੀ। ਕਰਜ਼ੇ ਦੇ ਬੋਝ ਕਾਰਨ ਉਸਨੇ ਖੁਦਕੁਸ਼ੀ ਦਾ ਰਾਹ ਚੁਣਿਆ। ਪਰਿਵਾਰ 'ਚ ਸੋਗ ਦਾ ਮਾਹੌਲ ਹੈ। ਹੁਣ ਗੱਲ ਕਰਦੇ ਹਾਂ ਜੀ ਪੰਜਾਬ, ਹਰਿਆਣਾ, ਹਿਮਾਚਲ ਦੇ ਮਿਸ਼ਨ ਡਰੱਗ ਫ੍ਰੀ ਇੰਡੀਆ ਦੀ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜਿਸ ਨਸ਼ੇ ਨੇ ਆਪਣੀ ਲਪੇਟ 'ਚ ਲਿਆ ਸੀ, ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਹੁਣ ਕਾਫੀ ਤੇਜ਼ ਕੀਤੀਆਂ ਜਾ ਰਹੀਆਂ ਨੇ। ਜਲੰਧਰ 'ਚ ਨਸ਼ਾ ਮੁਕਤੀ ਕੇਂਦਰ 'ਚ ਨਸ਼ਾ ਛੁਡਾਉਣ ਦੇ ਲਈ ਦਾਖਲ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਪਿਛਲੇ ਕੁਝ ਸਮੇਂ ਤੋਂ ਕਾਫੀ ਵਧੀ ਹੈ ਅਤੇ ਚੰਗੀ ਗੱਲ ਇਹ ਕਿ ਨਸ਼ੇ ਦੇ ਆਦੀ ਖੁਦ ਹੀ ਨਸ਼ਾ ਛੁਡਾਉਣ ਦੇ ਲਈ ਅੱਗੇ ਆ ਰਹੇ ਨੇ। ਪੰਜਾਬ ਵਿੱਚ ਪਿਛਲੇ ਕੁਝ ਵਕਤ ਤੋਂ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਡੀ ਐਡਿਕਸ਼ਨ ਸੈਂਟਰ ਬਣਾਏ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਨਸ਼ੇ ਤੋਂ ਪੀੜਤ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਲੰਧਰ ਵਿੱਚ ਵੀ ਸਿਹਤ ਮਹਿਕਮੇ ਦੇ ਕੇਂਦਰ ਤੇ ਪਿਛਲੇ ਕੁਝ ਵਕਤ ਤੋਂ ਇਲਾਜ ਦੇ ਲਈ ਆਏ ਲੋਕਾਂ ਦੀ ਵੱਧ ਰਹੀ ਤਾਦਾਦ ਇੱਕ ਸਕਾਰਾਤਮਕ ਪਹਿਲ ਦੇ ਤੌਰ ਤੇ ਦੇਖੀ ਜਾ ਸਕਦੀ ਹੈ। ਅੰਕੜਿਆਂ ਦੇ ਮੁਤਾਬਕ 2012 ਵਿੱਚ 2302, 2013 ਦੇ ਵਿੱਚ 2522, 2014 ਦੇ ਵਿੱਚ 3868, ਜਦਕਿ 2015 ਵਿੱਚ 5116 ਮਰੀਜ਼ ਇੱਥੇ ਦਾਖਲ ਹੋਏ ਨੇ। ਉੱਥੇ ਇਹਨਾਂ ਲੋਕਾਂ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਇਹਨਾਂ ਵਿੱਚ 50% ਨੌਜਵਾਨ ਹੈਰੋਇਨ ਦਾ ਨਸ਼ਾ ਕਰਨ ਵਾਲੇ ਨੇ। ਮੇਨ ਨਸ਼ਾ ਹਾਲੇ ਵੀ ਮੋਰ ਦੈਨ 50% ਕੇਸਿਸ ਦੇ ਵਿੱਚ ਜਿਹੜਾ ਓਪੀਅਮ ਜਾਂ ਓਪੀਏਟਸ ਜਿਨ੍ਹਾਂ ਨੂੰ ਕਹਿੰਦੇ ਆ ਉਸ ਗਰੁੱਪ ਦੇ ਆਉਂਦੇ ਨੇ, ਮਤਲਬ ਹੀਰੋਇਨ ਦਾ, ਔਰ ਖਾਸ ਤੌਰ ਤੇ ਹੈਰੋਇਨ ਜਿਹੜਾ ਅਸੀਂ ਦੇਖ ਰਹੇ ਹਾਂ। ਕੁਛ ਬੱਚੇ ਜਿਹੜੇ ਯੰਗ ਬੱਚੇ 20-22 ਸਾਲਾਂ ਦੇ ਨੇ, ਉਹ ਜਾਂ ਤਾਂ ਉਹਨੂੰ ਪਾਊਡਰ ਦੇ ਰੂਪ 'ਚ ਜਾਂ ਕਈ ਟੀਕਿਆਂ ਦੇ ਰੂਪ 'ਚ ਲਗਾਉਣ ਲੱਗ ਗਏ ਨੇ। ਉੱਥੇ ਸੈਂਟਰ ਵਿੱਚ ਇਲਾਜ ਕਰਾ ਰਹੇ ਨਸ਼ਾ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਤਜਰਬੇ ਨੂੰ ਜ਼ੀ ਮੀਡੀਆ ਦੇ ਨਾਲ ਸਾਂਝਾ ਕੀਤਾ। ਗੱਲ ਜੇਕਰ ਪੰਜਾਬ ਦੇ ਬਾਰਡਰ ਦੀ ਕਰੀਏ ਤਾਂ BSF ਨੇ ਵੀ ਕਾਫੀ ਤਾਦਾਦ ਵਿੱਚ ਹੈਰੋਇਨ ਫੜੀ ਹੈ। ਇਸ ਸਾਲ ਹੁਣ ਤੱਕ ਪੰਜਾਬ ਦੇ ਵੱਖ ਵੱਖ ਸਰਹੱਦੀ ਇਲਾਕਿਆਂ ਤੋਂ 345 ਕਿਲੋ ਤੋਂ ਵੱਧ ਹੈਰੋਇਨ ਨੂੰ ਜ਼ਬਤ ਕੀਤਾ ਗਿਆ ਹੈ।
ਜਦਕਿ 2014 ਵਿੱਚ 361 ਕਿਲੋ ਅਤੇ 2013 ਵਿੱਚ 321 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਉੱਥੇ ਪੁਲਿਸ ਵਿਭਾਗ ਦਾ ਵੀ ਕਹਿਣਾ ਹੈ ਕਿ ਨਸ਼ੇ ਦੇ ਚੱਕਰ ਵਿੱਚ ਫਸੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਲ 300 ਕਿਲੋ ਸੇ ਵੀ ਜ਼ਿਆਦਾ ਹੈਰੋਇਨ ਪਕੜੀ ਗਈ, ਕਾਫੀ ਸਮਗਲਰਸ ਮਾਰੇ ਗਏ ਔਰ ਹਮ ਆਪਣੇ ਇੰਪੋਰਟੈਂਟ ਲੋਕੇਸ਼ਨਸ ਪੇ ਹੈਵੀਅਰ ਬੈਰੀਕੇਡਸ ਸਟੀਲ ਕੋਂਕ੍ਰੀਟ ਕੇ ਔਰ ਕਈ ਗੈਜਟਸ ਹਮ ਪਲਾਨ ਕਰ ਰਹੇ ਹੈਂ ਔਰ ਪਹਿਲੇ ਵੀ ਕਾਫੀ ਚੀਜ਼ਾਂ ਇਨ ਪਲੇਸ ਥੀ, ਹਮਨੇ ਉਸਕੋ ਔਰ ਐਨਹੈਂਸ ਕੀਆ। ਜਿਹੜੇ ਬੱਚੇ ਇਸ ਕੰਮ ਵਿੱਚ ਫਸ ਗਏ ਸੀ ਉਹਨਾਂ ਨੂੰ ਅਸੀਂ ਡੀਡਿਕਸ਼ਨ ਸੈਂਟਰਾਂ 'ਚ ਭੇਜਿਆ, ਕੁਛ ਸਿਵਲ ਹੋਸਪਿਟਲਾਂ ਸੀ, ਕੁਛ ਪ੍ਰਾਈਵੇਟ ਵੀ, ਪ੍ਰਾਈਵੇਟ ਅਸੀਂ ਡੀਡਿਕਸ਼ਨ ਸੈਂਟਰਾਂ ਵਾਲਿਆਂ ਨਾਲ ਗੱਲ ਕਰਕੇ, ਕੁਛ ਆਪਣੇ ਵੱਲੋਂ, ਕੁਛ ਸਰਕਾਰ ਵੱਲੋਂ ਉਹਨਾਂ ਨਾਲ ਮਦਦ ਕਰਕੇ ਔਰ ਹੁਣ ਤੱਕ ਬਹੁਤ ਅੱਛੇ ਰਿਜ਼ਲਟ ਆਏ ਨੇ। ਜਲੰਧਰ ਤੋਂ ਸਾਹਮਣੇ ਆਈਆਂ ਤਮਾਮ ਤਸਵੀਰਾਂ ਦੇ ਨਾਲ ਜਿੱਥੇ ਇੱਕ ਉਮੀਦ ਜਾਗਦੀ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਅਸਰਦਾਰ ਸਾਬਤ ਹੋ ਰਹੀਆਂ ਨੇ ਤਾਂ ਉੱਥੇ ਨੌਜਵਾਨ ਨਸ਼ੇ ਦੇ ਇਸ ਚੱਕਰਵਿਊਹ ਤੋਂ ਬਚੇ ਰਹਿਣਗੇ, ਇਹ ਵੀ ਪੁਖਤਾ ਕੀਤਾ ਜਾਣਾ ਜ਼ਰੂਰੀ ਹੈ। ਰਜੀਵ ਵਧਵਾ, ਜ਼ੀ ਮੀਡੀਆ, ਜਲੰਧਰ। ਸੋ ਪੰਜਾਬ ਐਟ 9 ਚ ਅੱਜ ਦੇ ਲਈ ਇੰਨਾ ਹੀ, ਮੈਨੂੰ ਦੋ ਇਜਾਜ਼ਤ, ਤੁਸੀਂ ਦੇਖਦੇ ਰਹੋ ਸੀ ਪੰਜਾਬ, ਹਰਿਆਣਾ, ਹਿਮਾਚਲ।